केंद्र सरकार वालों खेती सोध बिल के नाँ से लागू किए गए कानूनों रद्द कराने लगातार धरने लगा रही भारतीय किसान यूनियन एकता सिद्धूपुर वालों दिल्ली च पक्के धरने लाने लिए समराला के टोल प्लाजा से वक् वक् पिंड के किसानों का भरमा इकट्ठ सद्या गया। इस मौके हरदीप सिंह ग्यासपुरा ने कहा कि पूरे जोश खरोश नाल किसानों दी ट्रैक्टर ट्रालियां नूं पूरे राशन पानी अते वर्करां दी भरमी गिणती नाल दिल्ली लई रवाना किया जा रहा है। उन्हां कहा कि किसानों की केंद्र सरकार नाल आर पार की लड़ाई शुरू हो गई है अते जदों तक केंद्र सरकार अपने कानून वापस नहीं लवेगी समुचे किसानों वालों अणमिथे समय लई दिल्ली च पक्का मोर्चा लाया जाएगा। देखो जी अज असी सिर्फ इतने भारतीय किसान यूनियन सिद्धूपुर समराला वालों ही असी जा रहे हैं। साड़ी जथेबंदी जगजीत सिंह डल्लेवाल की कॉल थी सानू बई तुसी महिला चौक पहुँचना वा बई उत्थों असी फिर सारी जथेबंदियां ने इकट्ठे हो के खनौरी बार्डर ते नू दिल्ली लई रवाना हो जाणा ते बाकी साड़ी जिहड़ी गिणती आ साड़ी 15-20 ट्रालियां तां उरे ने बाकी सानू राह दे विचों मिलणियां ने बीजे साइड तों 5-6 ट्रालियां बाकी समराले तों लड़ना बंदियां ने वो सारे इकट्ठे हो गए यानी कि 1000 तो प्लस गिणती होगी साड़ी विच गड्डियां च भी मुंडे जा रहे हैं। कली सिद्धूपुर यूनियन वालों आ जी बाकियां दी कॉल 26 दी आ बई असी अज चल रहे हैं। जिहड़े तुसी उत्थे पहुंचना धरने ते उत्थे किन्नी तरीक नूं ते किन्ने बजे तों बैठे? देखो जी असी हुण इत्थों चल के जथेबंदी ने साड़ी दे नाल रल जाणा असी रातों रात उत्थे पहुंच जाणा तकरीबन अद्धी रात तक पहुंच जाँगे जिवें इत्थों चले के ਉੱਥੋਂ ਫਿਰ ਅਸੀਂ ਜ਼ਿਆਦਾ ਵੇਟ ਨਹੀਂ ਕਰਦੇ ਅਸੀਂ ਚਾਲੇ ਪਾ ਦੇਣੇ ਨੇ ਅੱਗੇ ਲਈ ਅਸੀਂ ਕੱਲ੍ਹ ਸ਼ਾਮ ਤੱਕ ਵੀ ਅਸੀਂ ਕਨੌਡੀ ਬਾਰਡਰ 'ਤੇ ਹੋਵਾਂਗੇ। ਇੱਕ ਤੁਸੀਂ ਜਾ ਰਹੇ ਹੋ ਰਾਸ਼ਨ ਪਾਣੀ ਨਾਲ ਲੈ ਕੇ ਜਾ ਰਹੇ? ਦੇਖੋ ਜੀ ਰਾਸ਼ਨ ਪਾਣੀ ਆ ਜੋ ਸਾਡੇ ਕੋਲ ਘੱਟੋ ਘੱਟ 3 ਮਹੀਨੇ ਦਾ ਹਰ ਟਰਾਲੀ ਦੇ ਵਿੱਚ ਰਾਸ਼ਨ ਆ ਜਿਹਦੇ ਵਿੱਚ ਬਾਲਣ ਵੀ ਰੱਖਿਆ ਹੋਇਆ ਅਸੀਂ ਸੁੱਕਾ ਬਾਲਣ ਵੀ ਨਾਲ ਲਿਆ ਸਿਲੰਡਰ ਵੀ ਲਿਜਾ ਰਹੇ ਹਾਂ ਬਾਕੀ ਖਾਣ ਪੀਣ ਦਾ ਬਾਕੀ ਦਵਾਈਆਂ ਵੀ ਨੇ ਲੋੜ ਅਨੁਸਾਰ ਜੋ ਸਾਨੂੰ ਜਿਹੜੀਆਂ ਮੁੱਢਲੀ ਸਹਾਇਤਾ ਲਈ ਚਾਹੀਦੀਆਂ ਨੇ ਉਹ ਵੀ ਨਾਲ ਲਿਜਾ ਰਹੇ ਹਾਂ ਬਾਕੀ ਪਾਣੀ ਦੀ ਟੈਂਕੀ ਵਗੈਰਾ ਵੀ ਅਸੀਂ ਨਾਲ ਲੈ ਕੇ ਜਾ ਰਹੇ ਹਾਂ। ਕਿੰਨੇ ਦਿਨ ਦਾ ਪ੍ਰੋਗਰਾਮ ਲੈ ਕੇ ਚੱਲੇ? ਇਹ ਪ੍ਰੋਗਰਾਮ ਇੱਕ ਦਿਨ ਦਾ ਨਹੀਂ ਹੈਗਾ ਜੀ ਇਹ ਅਸੀਂ ਅਣਮਿੱਥੇ ਸਮੇਂ ਲਈ ਜਾ ਰਹੇ ਹਾਂ ਅਸੀਂ ਹੁਣ ਦੇਖ ਲਓ 3 ਮਹੀਨੇ ਦਾ ਰਾਸ਼ਨ ਲਿਜਾ ਰਹੇ ਜੇ ਇਸ ਤੋਂ ਵੀ ਲੰਬਾ ਚੱਲਿਆ ਅਸੀਂ ਚਲਾਵਾਂਗੇ ਜੀ। ਇੱਕ ਪਿੰਡਾਂ 'ਚ ਅਨਾਊਂਸਮੈਂਟ ਕੀਤੀ ਗਈ ਆ ਪੈਸੇ ਇਕੱਠੇ ਕੀਤੇ ਗਏ ਨੇ, ਹਾਂਜੀ, ਅਤੇ ਇਹਦਾ ਹਿਸਾਬ ਕਿਹਦੇ ਕੋਲ ਰੱਖਿਆ ਜਾਵੇਗਾ ਜਿਹੜੇ ਪੈਸੇ ਇਕੱਠੇ ਕੀਤੇ ਨੇ? ਦੇਖੋ ਜੀ ਸਾਡੀ ਜਥੇਬੰਦੀ ਵੱਲੋਂ ਅਸੀਂ ਪੈਸਾ ਕੋਈ ਨਹੀਂ ਇਕੱਠਾ ਕਰਿਆ ਅਸੀਂ ਪਿੰਡਾਂ 'ਚ ਜਿਵੇਂ ਟਰਾਲੀਆਂ ਗਈਆਂ ਵੀ ਨੇ ਸਾਡੇ ਨਾਲ ਜਾ ਰਹੇ ਨੇ ਸਾਡੇ ਵਰਕਰ ਉਹਨਾਂ ਨੂੰ ਕਹਿਤਾ ਵੀ ਜੇ ਤੁਹਾਨੂੰ ਕੋਈ ਢਾਲ ਦਿੰਦਾ ਵਾ ਉਹ ਤੁਸੀਂ ਆਪਣੇ ਕੋਲ ਰੱਖਣੀ ਆ ਸਾਡੇ ਕਿਸੇ ਬੰਦੇ ਨੂੰ ਕੋਈ ਪੈਸਾ ਨਹੀਂ ਦੇਣਾ ਉਹ ਆਪਣੇ ਪੈਸੇ 'ਚੋਂ ਤੁਸੀਂ ਆਪਣਾ ਖਰਚ ਕਰਨਾ ਜੇ ਫਿਰ ਵੀ ਤੁਹਾਨੂੰ ਕਮੀ ਆਉਂਦੀ ਆ ਕਿਸੇ ਕਿਸਮ ਦੀ ਸਾਡੀ ਜਥੇਬੰਦੀ ਉਹਦੀ ਮਦਦ ਕਰੂਗੀ। ਬਾਕੀ ਜਿਹੜੇ ਕਿਸਾਨਾਂ ਨੂੰ ਕਮੀ ਪੇਸ਼ੀ ਹੈਗੀ ਆ ਡੀਜ਼ਲ ਕੰਨੀ ਉਹ ਬਈ ਆ ਰਹੀ ਆ ਆਰਥਿਕ ਤੌਰ 'ਤੇ ਅਸੀਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਸਿੱਧੂਪੁਰ ਸਮਰਾਲਾ ਵੱਲੋਂ ਅਸੀਂ ਕਿਹਾ ਵਾ ਵੀ ਅਸੀਂ ਇਹਨੂੰ ਡੀਜ਼ਲ ਖਰਚਾ ਵੀ ਦੇਵਾਂਗੇ ਬਾਕੀ ਜੇ ਰਾਸਤੇ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਕੋਈ ਟਾਇਰ ਦੀ ਜਾਂ ਕਿੱਦਾਂ ਵੀ ਮਸ਼ੀਨਰੀ ਨੂੰ ਆਉਂਦੀ ਆ ਅਸੀਂ ਉਹ ਵੀ ਉਹਨਾਂ ਦੀ ਮਦਦਗਾਰ ਕਰਾਂਗੇ। ਅਤੇ ਫਿਰ ਪੈਸੇ ਕਿਉਂ ਇਕੱਠੇ ਕੀਤੇ ਨੇ? ਨਹੀਂ ਪੈਸੇ ਉਹ ਜਥੇਬੰਦੀ ਦੇ ਜਿਹੜੇ ਆਪ ਕਿਸਾਨਾਂ ਨੇ ਨਾਲ ਜਾਣਾ ਰਾਸ਼ਨ ਖਰੀਦ ਲਿਆ ਜੀ ਉਹਨਾਂ ਨੇ ਆਪਣਾ ਕੋਲ ਰੱਖ ਲਏ ਜੇ ਕਮੀ ਪੇਸ਼ੀ ਆਊਗੀ ਹੋਰ ਲੈ ਲੈਣਗੇ ਖਰੀਦ ਲੈਣਗੇ। ਧਰਨੇ ਇਸੇ ਤਰ੍ਹਾਂ ਜਾਰੀ ਰਹਿਣਗੇ ਟੂਲ ਪਲਾਜ਼ਾ ਤੇ ਰੇਲਵੇ ਸਟੇਸ਼ਨਾਂ ਤੇ? ਦੇਖੋ ਜੀ ਰੇਲਵੇ ਸਟੇਸ਼ਨ ਤੋਂ ਧਰਨਾ ਫਿਲਹਾਲ ਚੱਕਤੇ ਨੇ ਜਥੇਬੰਦੀਆਂ ਨੇ 15 ਦਿਨ ਲਈ ਜੇ 15 ਦਿਨ ਦੇ ਵਿੱਚ ਸਾਡਾ ਕੋਈ ਨਹੀਂ ਕੇਂਦਰ ਸਰਕਾਰ ਗੱਲ ਮੰਨਦੀ ਤਾਂ ਉਹ ਧਰਨੇ ਫਿਰ ਤੋਂ ਜਾਰੀ ਹੋ ਜਾਣਗੇ। ਪਰ GM ਦਾ ਬਿਆਨ ਆ ਗਿਆ ਜੇ ਗੱਡੀਆਂ ਇਹਨਾਂ ਨੇ ਨਾ ਚੱਲਣ ਦਿੱਤੀਆਂ ਕਿਉਂਕਿ ਗੱਡੀਆਂ ਘੇਰੀਆਂ ਗਈਆਂ ਪੈਸੇਂਜਰ, ਹਾਂਜੀ, ਤੇ ਉਹ ਇਸੇ ਤਰ੍ਹਾਂ ਬੰਦ ਕਰ ਦੇਣਗੇ ਗੱਡੀਆਂ? ਦੇਖੋ ਜੀ ਉਹ ਉਹਨਾਂ ਦੀ ਆਪਣੀ ਪਾਲਿਸੀ ਆ ਵੀ ਸਾਡੇ ਵੱਲੋਂ ਸਾਰੀ ਜਥੇਬੰਦੀਆਂ ਵੱਲੋਂ ਚੱਕਤੇ ਨੇ ਪਤਾ ਨਹੀਂ ਹੁਣ ਕਿਹੜੀ ਜਥੇਬੰਦੀ ਨੇ ਕੱਲ੍ਹ ਰੋਕੀਆਂ ਨੇ ਮੇਰੇ ਨੌਲੇਜ 'ਚ ਨਹੀਂ ਇਸ ਗੱਲ ਬਾਰੇ ਬਈ ਬਾਕੀ ਜਥੇਬੰਦੀਆਂ ਨੇ ਸਾਰਾ ਪੂਰਨ ਤੌਰ 'ਤੇ ਧਰਨੇ ਚੱਕ ਲਏ ਨੇ 15 ਦਿਨ ਲਈ। ਇੱਕ ਹਰਿਆਣੇ 'ਚ ਕਿਸਾਨ ਜਥੇਬੰਦੀਆਂ ਦੇ ਲੀਡਰ ਚੱਕੇ ਜਾ ਰਹੇ ਨੇ ਪੁਲਿਸ ਵੱਲੋਂ, ਤੁਹਾਡਾ ਕੀ ਇਹਦੇ ਬਾਰੇ ਕਹਿਣਾ? ਦੇਖੋ ਜੀ ਇਹ ਗਲਤ ਗੱਲ ਆ ਕਿਸੇ ਅੰਦੋਲਨ ਨੂੰ ਇਹ ਸਰਕਾਰ ਦਬਾਉਣਾ ਚਾਹੁੰਦੀ ਆ ਪਰ ਜਿੰਨਾ ਸਰਕਾਰ ਸਖਤੀ ਕਰੂਗੀ ਇਹ ਅੰਦੋਲਨ ਉਨਾ ਜ਼ਿਆਦਾ ਤਿੱਖਾ ਹੁੰਦਾ ਜੇ ਅਗਰ ਇਹ ਵਿਦਰੋਹ ਹੋ ਜਾਊਗਾ ਮੇਰੇ ਹਿਸਾਬ। ਲੋਕਾਂ ਦਾ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਲੀਡਰਾਂ ਨੂੰ ਵੀ, ਲੀਡਰ ਵੀ ਤੁਹਾਡੇ ਨਾਲ ਚੱਲੇ ਨੇ ਅਤੇ ਬਾਰ ਐਸੋਸੀਏਸ਼ਨ ਨੇ ਅੱਜ ਝੰਡੀਆਂ ਵੀ ਲਾਈਆਂ ਗਈਆਂ ਤੁਹਾਡੇ ਤਾਰੀਫ ਦੇ ਵਿੱਚ ਯੂਨੀਅਨ ਦੀਆਂ, ਕਿਸਾਨ ਯੂਨੀਅਨ ਦੀਆਂ, ਕੀ ਲੱਗਦਾ ਹੁਣ ਫਤਿਹ ਕਰਕੇ ਵਾਪਸ ਆਉਂਗੇ? ਦੇਖੋ ਜੀ ਅੱਜ ਦੇ ਟਾਈਮ ਦੇ ਵਿੱਚ ਹਰ ਵਰਗ ਸਾਡੇ ਨਾਲ ਆ ਵਪਾਰੀ ਦੁਕਾਨਦਾਰ ਸਾਬਕਾ ਫੌਜੀ ਮੁਲਾਜ਼ਮ ਪੰਜਾਬ ਸਰਕਾਰ ਵੀ ਸਾਡਾ ਸਾਥ ਦੇ ਰਹੀ ਆ ਅਤੇ ਪੁਲਿਸ ਮੁਲਾਜ਼ਮ ਵੀ
मुख्य तौर पर पत्रकार भाईचारा तो मीडिया साड़ी फुल सपोर्ट कर रहा, हर जगह कवरिंग कर रहे हैं पंजाब का। बई असी ये हार मनने वाले नहीं, साड़ी लड़ाई असी फतेह करके इनू वापस मुड़ा। सवेरा पंजाब लिए समराला तो वरुण कौशल की रिपोर्ट। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठगा तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री 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 मियां रफीक मोहम्मद, मोबाइल 84374 9947 84374 9948। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।